दिल्ली के बॉर्डर से तीन खेती कानूनों के खिलाफ आंदोलन एक साल तो लंबा चलिया सी ते उस आंदोलन दे विच लगभग 700 किसानों की जिहड़ी है मौत हुई सी। उस आंदोलन दे विच 700 किसानों की मौत हुई सी ते अज तेलंगाना राज सरकार वालों उन्हां किसानों नूं जिहड़ा है वह कंपनसेशन दिता जा रहा है। इत्थे चंडीगढ़ दे विच टैगोर थिएटर दे विच प्रोग्राम रखा गया। इस वक्त असीं टैगोर थिएटर दे विच खड़े हाँ ते किसानों नूं जिहड़ा है जिहड़ा पंजाब तों कोने कोने तों लैके आए ने ते सामने तस्वीरां तुसीं देख सकदे हो किसान जिहड़े ने इत्थे पहुंच रहे ने ते किसानों नूं पंजाब सरकार दा डिपार्टमेंट ऑफ एग्रीकल्चर जिहड़ा है वह लैके आया है ते वख वख डिस्ट्रिक्ट्स तों किसान आए ने। लगभग 700 किसान इस दे विच आइडेंटिफाई हुए ने जिहड़े पंजाब हरियाणा यूपी अते दिल्ली ते ने जिहड़े शहीद होए उस आंदोलन दे विच ते उन्हां नूं जिहड़ा इत्थे कंपनसेशन तेलंगाना सरकार दी तरफ तों 1 लाख रुपया कंपनसेशन पर फैमिली जिहड़ा है ਉਹ ਦਿੱਤਿਆ ਜਾ ਰਿਹਾ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਜਿੱਥੇ ਤੇਲੰਗਾਨਾ ਦੇ ਚੀਫ ਮਿਨਿਸਟਰ ਕੇ ਚੰਦਰ ਸ਼ੇਖਰ ਰਾਓ ਆ ਰਹੇ ਨੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ, ਇਹ ਤਿੰਨੋਂ ਚੀਫ ਮਿਨਿਸਟਰ ਨਾਨ ਬੀਜੇਪੀ ਨਾਨ ਕਾਂਗਰਸ ਰੂਲਡ ਸਟੇਟਸ ਦੇ ਇਹ ਚੀਫ ਮਿਨਿਸਟਰ ਨੇ ਉਹ ਜਿਹੜੇ ਨੇ ਇੱਥੇ ਆ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਕਿਸਾਨ ਜਿਹੜੇ ਫੈਮਿਲੀਜ਼ ਆ ਰਹੀਆਂ ਨੇ ਉਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਕਿਸੇ ਅਫੈਕਟਿਡ ਫੈਮਿਲੀ ਤੋਂ ਹੋ ਜਾਂ ਡਿਪਾਰਟਮੈਂਟ ਵੱਲੋਂ ਤੁਸੀਂ? ਨਹੀਂ, ਮੇਰੇ ਪਾਪੇ ਦੀ ਮੌਤ ਹੋਈ ਸੀ ਕਿਸਾਨੀ ਧਰਨੇ ਦੇ ਵਿੱਚ। ਅੱਛਾ, ਕਿੱਥੇ ਹੋ, ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ? ਬਠਿੰਡਾ ਜ਼ਿਲ੍ਹਾ। ਬਠਿੰਡੇ ਕਿਹੜੀ ਜਗ੍ਹਾ? ਅਮਰਗੜ੍ਹ ਗੋਨਣਾ ਮੰਡੀ ਦੇ ਨਾਲ। ਅੱਛਾ, ਗੋਨਣਾ ਮੰਡੀ ਤੋਂ। ਕੀ ਨਾਂ ਕੀ ਹੈ ਤੁਹਾਡਾ? ਗੰਦੂਰ ਸਿੰਘ ਜੀ। ਗੰਦੂਰ ਜੀ, ਕੀ ਨਾਂ ਸੀਗਾ ਤੁਹਾਡੇ ਫਾਦਰ ਦਾ? ਡੈਥ ਹੋਈ ਸੀਗੀ? ਬਲਵੀਰ ਸਿੰਘ ਸੀਗਾ ਜੀ। ਕਿੰਨੀ ਉਮਰ ਸੀਗੀ ਉਹਨਾਂ ਦੀ? 65 ਸਾਲ ਸੀਗੀ ਜੀ। ਕਿੱਥੇ ਹੋਈ ਸੀਗੀ ਉਹਨਾਂ ਦੀ ਡੈਥ ਜਿਹੜੀ ਹੈ? ਕਿਹੜੇ ਸਿੰਘੂ ਬਾਰਡਰ ਤੇ ਹੋਈ ਸੀ? ਟਿੱਕਰੀ ਬਾਰਡਰ ਤੇ ਹੋਈ ਸੀਗੀ। ਤੇ ਥੋੜਾ ਜਿਹਾ ਸਾਨੂੰ ਦੱਸੋ ਕਿ ਇਹ ਜਿਹੜਾ ਤੁਹਾਡੇ ਫਾਦਰ ਸੀਗੇ ਕਿਸਾਨ ਅੰਦੋਲਨ ਦੇ ਨਾਲ ਜਿਹੜਾ ਹੈ ਉਹ ਸ਼ੁਰੂ ਤੋਂ ਜਿਹੜਾ ਹੈ ਉੱਥੇ ਦਿੱਲੀ ਪਹੁੰਚ ਗਏ ਸੀਗੇ ਬਾਰਡਰ ਤੇ? ਹਾਂਜੀ, ਸ਼ੁਰੂ ਤੋਂ ਉੱਥੇ ਸੀਗੇ ਜੀ ਉਹ। ਹਾਂ, ਵਿੱਚੋਂ ਵਿੱਚੋਂ ਆ ਜਾਂਦੇ ਸੀਗੇ ਥੋੜਾ ਬਹੁਤਾ ਟਾਈਮ ਘਰੇ ਵੀ ਕੱਪੜੇ ਕੁਪੜੇ ਵਗੈਰਾ ਧਵਾਉਣ ਵਾਸਤੇ, ਪਰ ਉੱਥੇ ਉਹਨਾਂ ਨੂੰ ਅਟੈਕ ਦੀ ਪ੍ਰੋਬਲਮ ਆ ਗਈ ਸੀਗੀ। ਕਦੋਂ ਡੈਥ ਕਦੋਂ ਹੋਈ ਸੀਗੀ ਉਹਨਾਂ ਦੀ? 21 ਨੌਂ ਨੂੰ ਹੋਈ ਸੀ, 9ਵੇਂ ਮਹੀਨੇ ਦੀ 21 ਤਰੀਕ ਨੂੰ ਹੋਈ ਸੀ 2021 ਚ। ਕਿਸ ਟਾਈਮ ਹੋਈ ਸੀਗੀ ਮੌਤ ਉਹਨਾਂ ਦੀ? ਰਾਤ ਦੇ ਟਾਈਮ ਹੋਈ ਸੀ, ਦਿਨੇ ਹੋਈ? ਸ਼ਾਮ ਜੇ ਨੂੰ ਹੋ ਗਈ ਸੀਗੀ ਜੀ, ਹਾਰਟ ਅਟੈਕ ਸੀਗਾ। ਸਾਨੂੰ ਥੋੜਾ ਜਿਹਾ ਆਪਣਾ ਪਰਿਵਾਰ ਦਾ ਉਹ ਦੱਸੋ ਕਿ ਤੁਹਾਡੇ ਪਰਿਵਾਰ ਕੋਲ ਕਿੰਨੀ ਜ਼ਮੀਨ ਹੈ ਤੇ ਕਿੱਦਾਂ ਫਾਦਰ ਤੁਹਾਡੇ ਸੀਗੇ ਇਸ ਅੰਦੋਲਨ ਦੇ ਨਾਲ ਜੁੜੇ ਸੀ? ਸਰ, ਜ਼ਮੀਨ ਤੁਹਾਡੇ ਕੋਲ 1.5 ਕਿੱਲਾ ਜ਼ਮੀਨ ਹੈਗੀ, ਛੋਟੇ ਛੋਟੇ ਕਿਸਾਨ ਹੀ ਹੈਗੇ ਤੇ ਬਾਕੀ ਖੇਤੀਬਾੜੀ ਕਰਦੇ ਸੀ, ਮਾੜੇ ਮੋਟੇ ਠੇਕੇ ਠੁਕੇ ਤੇ ਲੈ ਕੇ ਵਾਹ ਲੈਂਦੇ ਸੀ। ਉਸ ਕਾਰਨ ਚ ਫਿਰ ਉੱਥੇ ਕਿਸਾਨੀ ਧਰਨਾ ਚੱਲਿਆ ਸੀਗਾ, ਫਿਰ ਉੱਥੇ ਫਿਰ ਪਾਪਾ ਹੀ ਗਏ ਸੀਗੇ, ਉਹਨਾਂ ਨੂੰ ਅਟੈਕ ਹੋ ਗਿਆ ਜੀ ਉੱਥੇ। ਕਾਫੀ ਤਿੰਨ ਚਾਰ ਮਹੀਨੇ ਲਗਾਤਾਰ ਹੀ ਰਹੇ ਹੁਣ ਉੱਥੇ ਸੀਗੇ ਜੀ, ਫਿਰ ਅਟੈਕ ਆ ਗਿਆ ਸੀ ਉਹਨਾਂ ਨੂੰ। ਇਹ ਜਿਹੜੀ ਮੌਤ ਹੋਈ ਸੀਗੀ ਉਹਨਾਂ ਦੀ ਤੇ ਉਸ ਤੋਂ ਬਾਅਦ ਹੁਣ ਕੋਈ ਕੰਪਨਸੇਸ਼ਨ ਵਗੈਰਾ, ਕੋਈ ਨੌਕਰੀ ਵਗੈਰਾ ਤੁਹਾਨੂੰ ਕੁਝ ਮਿਲੀ? ਹਾਂਜੀ, ਐਗਰੀਕਲਚਰ ਮਹਿਕਮੇ ਚ ਮਿਲ ਗਈ ਸੀਗੀ ਜੀ। ਤੁਹਾਨੂੰ ਮਿਲੀ? ਹਾਂਜੀ ਹਾਂਜੀ, ਮੈਨੂੰ ਮਿਲੀ, ਬਠਿੰਡੇ ਆ ਸਾਡੇ। ਇਸ ਅੰਦੋਲਨ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਕਿੱਦਾਂ ਜੁੜੇ ਸੀਗੇ, ਥੋੜਾ ਜਿਹਾ ਦੱਸੋਗੇ? ਕਿਉਂਕਿ ਤੁਸੀਂ ਵੀ ਦੇਖਿਆ ਹੋਣਾ ਫਾਦਰ ਕਿੱਦਾਂ ਇਸ ਅੰਦੋਲਨ ਦੇ ਨਾਲ ਜੁੜੇ ਸੀ। ਸਾਡੇ ਜਥੇਬੰਦੀ ਹੈ ਜੀ ਸੀਗੀ ਮਾਨਸਾ, ਉਹਨਾਂ ਨਾਲ ਹੀ ਜੁੜੇ ਸੀਗੇ। ਸਾਡਾ ਜਥੇਬੰਦਾ ਬੋਗ ਸਿੰਘ ਪ੍ਰਧਾਨ ਜੀ ਸੀਗੇ ਜੀ, ਉੱਥੇ ਸੀਗੇ, ਮੇਰੇ ਪਿੰਡ ਦੇ ਕਾਫੀ ਜਾਣੇ ਜਾਂਦੇ ਟਰਾਲੀਆਂ 'ਚ ਗਏ ਸੀਗੇ, ਔਰ ਸਾਡੀ ਵਾਰੀ ਸੀਗੀ ਉੱਥੇ ਅਤੇ ਫਿਰ ਉੱਥੇ ਚਲੇ ਗਏ ਦਿੱਲੀ ਸੀਗੇ ਜੀ। ਸਾਡੇ ਪਿੰਡ ਵਾਰ ਜਾਂਦੇ ਹੁੰਦੇ ਸੀ ਨਾ ਸਾਰੇ ਪਿੰਡ ਦੇ ਬੰਦੇ। ਪਰਿਵਾਰ ਦੀ ਆਪਾਂ ਗੱਲ ਕਰੀਏ, ਤੁਹਾਡੀ ਆਰਥਿਕ ਸਥਿਤੀ ਕਿੱਦਾਂ ਦੀ ਹੈ ਪਰਿਵਾਰ ਦੀ ਹੁਣ ਤੁਹਾਡੇ ਪਿਤਾ ਜੀ ਦੇ ਗੁਜ਼ਰਨ ਤੋਂ ਬਾਅਦ? ਠੀਕ ਹੈ ਜੀ, ਬਸ ਜੋ ਵੀ ਹੈ, ਲੇਕਿਨ ਘਾਟਾ ਤਾਂ ਨਹੀਂ ਪੂਰਾ ਹੁੰਦਾ ਪਿਓ ਦਾ ਜੀ। ਅੱਜ 9 ਮਹੀਨੇ ਹੋ ਗਏ ਜੀ, ਅੱਜ ਦੇ ਦਿਨ ਸੰਸਕਾਰ ਸੀਗਾ, 21 ਦੀ ਰਾਤ ਨੂੰ ਮੇਰੇ ਪਿਓ ਦੀ ਮੌਤ ਹੋ ਗਈ ਸ਼ਾਮ ਨੂੰ। ਪਰਿਵਾਰ ਤੇ ਹੁਣ ਕਰਜ਼ ਵਗੈਰਾ ਤਾਂ ਨਹੀਂ ਹੈ ਕੁਛ? ਹੈ ਥੋੜਾ ਬਹੁਤ ਹੈ ਜੀ, ਆੜਤਕੇ ਦੇ ਪੈਸੇ ਦੇਣੇ ਹੈਗੇ ਆ ਜੀ। ਕਿੰਨੇ ਕੁ ਪੈਸੇ ਦੇਣੇ? 7-8 ਲੱਖ ਰੁਪਇਆ ਦੇਣਾ ਜੀ। 7-8 ਲੱਖ? ਹਾਂਜੀ, ਪਰ ਉਹ ਜ਼ਮੀਨ ਠੇਕੇ ਠੁਕੇ ਦੇ ਲੈਂਦੇ, ਨਰਮਾ ਨੁਰਮਾ ਨਹੀਂ ਹੁੰਦਾ ਸੀਗਾ ਜੀ ਉਹਦੇ ਕਾਰਨ। 8 ਲੱਖ ਕਰਜ਼ਾ ਬਹੁਤ ਹੁੰਦਾ, ਕਿੱਦਾਂ ਕਰੋਗੇ ਇਸ ਨੂੰ ਪੂਰਾ ਤੁਸੀਂ? ਇਹ ਤਾਂ ਸਰ ਦੇਣੇ ਤਾਂ ਪੈਣਗੇ ਨਾ, ਫਿਰ ਉਹ ਨੌਕਰੀ ਮਿਲੀ ਆ ਸਰਕਾਰ ਕੋਲੋਂ, ਚਲੋ ਹੌਲੀ ਹੌਲੀ ਕਰਕੇ ਕੁਛ ਘਰ ਦਾ ਖਰਚਾ ਵੀ ਚਲਾਉਣਾ ਗਾ, ਉਸ ਹਿਸਾਬ ਨਾਲ ਕਰੂੰਗਾ ਜਿਵੇਂ ਵੀ ਹੋਇਆ ਜੀ। ਤੁਹਾਨੂੰ ਨੌਕਰੀ ਕਦੋਂ ਮਿਲੀ ਹੈ ਹੁਣ? ਸਰ 1 ਮਹੀਨਾ ਹੋ ਗਿਆ ਜੀ, 29 ਨੂੰ ਮਿਲੀ ਸੀਗੀ ਮਾਰਚ ਨੂੰ। ਹਾਂਜੀ, ਸੈਟੀਸਫਾਈ ਹੋ ਤੁਸੀਂ ਨੌਕਰੀ ਦੇ ਨਾਲ? ਤੁਹਾਡੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਮਿਲੀ ਹੈ ਨੌਕਰੀ? ਹਾਂਜੀ ਹਾਂਜੀ, ਬਹੁਤ ਵਧੀਆ ਜੀ। ਤੇ ਇਹ ਫੈਮਿਲੀਜ਼ ਪਹੁੰਚੀਆਂ ਨੇ ਇੱਥੇ ਟੈਗੋਰ ਥੀਏਟਰ ਦੇ ਵਿੱਚ ਜਿਹੜਾ ਕੰਪਨਸੇਸ਼ਨ ਪ੍ਰੋਗਰਾਮ ਹੈ ਤੇਲੰਗਾਨਾ ਸਰਕਾਰ ਵੱਲੋਂ। ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨਾਮ ਜੀ? ਜਸਵੰਤ ਸਿੰਘ ਜੀ।
ਸਿੰਧੀ ਜੀ ਤੁਹਾਡੇ ਪਰਿਵਾਰ ਦੇ ਵਿੱਚ ਵੀ ਕਿਸੇ ਕਿਸਾਨ ਨੇ ਸ਼ਹੀਦੀ ਪਾਈ ਸੀਗੀ ਇਸ ਅੰਦੋਲਨ ਦੇ ਵਿੱਚ? ਸ਼ਹੀਦੀ ਨਹੀਂ ਪਾਈ ਜੀ, ਦਿੱਲੀ ਗਏ ਜ਼ਰੂਰ। ਅੱਛਾ, ਦਿੱਲੀ ਗਏ? ਹਾਂ, ਲਾਲ ਕਿਲ੍ਹੇ ਵੀ ਘੁੰਮ ਗਏ। ਅੱਛਾ, ਹਾਂਜੀ। ਬਾਕੀ ਆਪਣਾ ਦੱਪੜ ਟੂ ਪਲਾਜ਼ੇ ਦਾ ਉੱਥੇ ਰੋਜ਼ ਜਾਂਦੇ ਜੀ। ਹਾਂਜੀ, किसान इत्थे पहुंच रहे ने, जिहड़ा तेलंगाना सरकार वालों जिहड़ा प्रोग्राम रखा गया है, गल करे। सत श्री अकाल, तुहाडा की नाम? सत श्री अकाल भाई जी, इंद्रप्रीत सिंह है जी, अपना नाम। इंद्रप्रीत जी, जिहड़ा अज दा प्रोग्राम है, पहले तां इह दस्सो कि तुहाडे परिवार विचों किसी ने शहादत पाई सी या तुसीं उदां किसानां वालों आए हो? जी, मेरे फादर एक्सपायर हो गए सी जी, ओह शहीद हो गए सी जी। अच्छा, की नाम सी तुहाडे फादर? जसवीर सिंह गिल जी। कित्थे दे रहण वाले? मैं जी लोकल मोहाली तों ही हां जी, डिस्ट्रिक्ट मोहाली है जी। कदों हुई सी डेथ तुहाडे फादर साहब दी? 23 ऑफ जुलाई नूं हुई सी जी। हां जी, हां जी। किद्दां हुई सी, ते किहड़े बॉर्डर ते सी जी? अपना उत्थे धरने ते जांदे आंदे जी। हां जी, हां जी, हां जी। ट्रैक्टर दे विच जा रहे सी उह धरने नूं? नहीं 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 जी, ओह जा रहे सी अपना इहनां दे नाल गड्डी च जी, मीनस ओह अपना मोटरसाइकिल ते जा रहे सी, गड्डी पिछों आ के वज्जी सी, ओह मतलब कि ट्रक टकरा हो गया सी जी, काफी वड्डा जी ओह हो गया सी। हां जी, हां जी, हां जी। थोड़ा जिहा सानू दसोगे कि तुहाडा परिवार खेती नाल किद्दां जुड़िया है, किन्नी जमीन है, ते फादर साहब तुहाडे किद्दां जुड़े सीगे इस अंदोलन दे नाल? एक्चुअली जी, साडा शुरू तो खेती करदे आ, बट जिद्दां मेरे फादर उहदे दो तीन भरा सी जी, एक भरा खेती करदा सी, एक जी दिल्ली अपना टैक्सी ड्राइवर सी जी, पुराने टाइमां तों जी उहनां दी अपनी टैक्सी, ते फादर मेरे ट्रक ड्राइवर सी जी, उहनां ने 35 ईयर जी ट्रकिंग ही कीती आ। बट आफ्टर दैट जी, फिर ओह जदों इत्थे आफ्टर GST काफी ज्यादा थोड़ा ट्रकिंग दी उहदे च बड़ी डिकलाइन होया जी, ते फिर ओह मतलब कि जदों इत्थे रहिंदे करदे सी, लोकली हो गए सी ट्रकिंग दे, फिर प्रोटेस्ट होया जी, ते प्रोटेस्ट हिस्सा लैंदे सी तकरीबन, जो टोल प्लाजा सी जी अपना, उत्थे तकरीबन डेली जांदे सी, तकरीबन की हर रोज जांदे ही सी। ਹਾਂਜੀ, ਉਦੋਂ ਜ਼ਮੀਨ ਕਿੰਨੀ ਹੈ ਪਰਿਵਾਰ ਕੋਲ? ਜ਼ਮੀਨ ਸਾਡੇ ਕੋਲ ਹੈਗੀ ਹੈ ਜੀ 13-14 ਬਿੱਘੇ ਜੀ, ਨੀਅਰ ਅਬਾਊਟ 2.5 ਏਕੜ ਜੀ। ਹਾਂਜੀ, ਤੇ ਹੁਣ ਥੋੜਾ ਸਾਨੂੰ ਦੱਸੋ ਕਿ ਪਰਿਵਾਰ ਦੀ ਮਾਲੀ ਹਾਲਤ ਕਿੱਦਾਂ ਦੀ ਹੈ, ਪਰਿਵਾਰ ਕਿੱਦਾਂ ਗੁਜ਼ਾਰਾ ਕਰ ਰਿਹਾ, ਫਾਈਨੈਂਸ਼ੀਅਲੀ ਤੁਸੀਂ ਠੀਕ ਹੋ ਇਸ ਟਾਈਮ, ਜਾਂ ਕਰਜ਼ਾ ਵਗੈਰਾ, ਕਰਜ਼ੇ ਵਗੈਰਾ ਦੀ ਕੀ ਸਿਚੁਏਸ਼ਨ ਹੈ? ਨਹੀਂ ਜੀ, ਵੈਸੇ ਤਾਂ ਮੈਂ ਤੁਹਾਨੂੰ ਇੱਦਾਂ ਹੀ ਕਹੀ ਜਾਵਾਂ, ਵੈਸੇ ਤਾਂ ਮਾਲਕ ਦੀ ਬੜੀ ਕਿਰਪਾ ਜੀ, ਸਹੀ ਹੈ ਜੀ, ਚਲੋ ਜਿੱਦਾਂ ਵੀ ਹੈ, ਜਿੱਥੇ ਮਾਲਕ ਰੱਖਦਾ ਜੀ, ਸਹੀ ਹੈ, ਸਹੀ ਹੈ ਜੀ। ਹਾਂਜੀ, ਪਰਿਵਾਰ ਨੂੰ ਤੁਹਾਡੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਨੌਕਰੀ ਵਗੈਰਾ ਦਾ ਚੱਲਿਆ ਸੀਗਾ, ਉਹ ਮਿਲੀ ਹੈ ਕੁਛ? ਉਹ ਮਤਲਬ ਕਿ ਜੀ, ਉਹਦਾ ਚੱਲਿਆ ਸੀ ਪ੍ਰੋਸੈਸ, ਮਤਲਬ ਕਿ ਕਾਫੀ ਪ੍ਰੋਸੈਸ ਚੱਲਦੇ ਰਹੇ ਹੈ ਜੀ, ਤੁਹਾਨੂੰ ਪਤਾ ਹੀ ਹੈ ਗਵਰਨਮੈਂਟਸ ਦਾ, ਬਟ ਵੀ ਬੜੀ ਪਤਾ ਨਹੀਂ ਕੀ ਹੋਇਆ ਸੀ, ਲਾਸਟ ਜਾ ਕੇ ਫਾਇਰ ਰਿਜੈਕਟ ਹੋ ਗਈ, ਫਿਰ ਮਤਲਬ ਕਿ ਸਰਕਾਰਾਂ ਚੇਂਜ ਹੋ ਗਈਆਂ ਜੀ, ਪਤਾ ਨਹੀਂ ਕੀ, ਮੀਨਸ ਫਾਇਲ ਗਈਆਂ ਹੋਈਆਂ ਨੇ ਜੀ, ਹਜੇ ਤੱਕ ਕੋਈ ਉਹਨਾਂ ਦਾ ਉਹ ਨਹੀਂ ਹੋਇਆ ਜੀ, ਸੋਲਿਊਸ਼ਨ ਨਹੀਂ ਹੋਇਆ ਜੀ, ਉਹ ਮਤਲਬ ਕਿ ਫਾਈਲਾਂ ਹਜੇ ਵੀ ਸੈਕਟਰੀਏਟ ਹੀ ਲਟਕ ਰਹੀਆਂ ਨੇ ਜੀ। ਪਰਿਵਾਰ ਦੇ ਵਾਸਤੇ ਇਹ ਰਹੇ? ਮੈਂ ਕਹਿੰਦਾ ਜੀ, ਬਹੁਤ ਮਤਲਬ ਕਿ ਵੀ ਬੜਾ ਵਧੀਆ ਕੰਮ ਕੀਤਾ ਜੀ ਇਹਨਾਂ ਨੇ, ਕਿਉਂਕਿ ਵੀ ਅਸਾਨ ਤਾਂ ਅਸੀਂ ਤਾਂ ਵੀ ਬੜੇ ਜ਼ਿਆਦਾ ਸ਼ੁਕਰ ਗੁਜ਼ਾਰ ਹਾਂ ਜੀ ਇਹਨਾਂ ਦੇ, ਕਿਉਂ ਵੀ ਕਿਸੇ ਹੋਰ ਸਟੇਟ ਦਾ CM ਏਡੀ ਬੜਾ ਕੋਈ ਸੋਚ ਰਿਹਾ, ਤੇ ਇੱਥੇ ਸਾਡੀਆਂ ਸਰਕਾਰਾਂ ਪੰਜਾਬ ਦੀਆਂ ਸਾਨੂੰ ਪਤਾ ਹੀ ਹੈ ਜੀ, ਇਹਨਾਂ ਨੂੰ ਆਪਸ ਦੀ ਲੜਾਈ ਤੋਂ ਹੀ ਨਹੀਂ ਵਿਹਲ ਹੈਗਾ, ਇਹਨਾਂ ਨੇ ਸਾਡਾ ਕਿੱਥੇ ਸੋਚਣਾ ਜੀ, ਇਹ ਤਾਂ ਵਿਕ ਗਏ ਹਾਂ ਜੀ ਇਹਨਾਂ ਦੀ ਤਾਂ, ਅਸੀਂ ਬੜੇ ਸ਼ੁਕਰ ਗੁਜ਼ਾਰ ਹਾਂ, ਬੜਾ ਵਧੀਆ ਲੱਗਿਆ ਜੀ, ਪਹਿਲਾਂ ਅਸੀਂ ਜਾਣਦੇ ਵੀ ਨਹੀਂ ਸੀ ਹੁੰਦੇ ਕੌਣ ਨੇ ਜੀ ਇਹ, ਕੱਲ ਰਾਤ ਜਦੋਂ ਇੱਦਾਂ ਦੀਆਂ ਚੀਜ਼ਾਂ ਪਤਾ ਲੱਗੀਆਂ ਇਹਨਾਂ ਬਾਰੇ ਸਰਚ ਵੀ ਕਰਿਆ ਜੀ, ਬੜੇ ਵਧੀਆ ਇਨਸਾਨ ਨੇ ਜੀ, ਤੇ ਅਸੀਂ ਥੈਂਕਸ ਵੀ ਕਰਦੇ ਹਾਂ ਜੀ ਇਹਨਾਂ ਦੀ ਸਰਕਾਰ ਦਾ। ਤੇ ਕਿਸਾਨ ਜਿਹੜੇ ਨੇ ਪੂਰੇ ਪੰਜਾਬ ਚੋਂ ਇੱਥੇ ਪਹੁੰਚ ਰਹੇ ਨੇ, ਜਿਹੜਾ ਟੈਗੋ ਥੀਏਟਰ ਹੈ ਚੰਡੀਗੜ੍ਹ ਦੇ ਵਿੱਚ, ਉਸਦੇ ਵਿੱਚ ਪਹੁੰਚ ਰਹੇ ਨੇ, ਤੇ ਕੰਪਨਸੇਸ਼ਨ ਜਿਹੜਾ ਹੈ ਤੇਲੰਗਾਨਾ ਸਟੇਟ ਗਵਰਨਮੈਂਟ ਵੱਲੋਂ ਦਿੱਤਾ ਜਾਵੇਗਾ। ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ, ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ, ਉਹ ਵੀ ਇੱਥੇ ਸ਼ਾਮਿਲ ਹੋਣਗੇ ਇਸ ਪ੍ਰੋਗਰਾਮ ਦੇ ਵਿੱਚ। ਤਕਰੀਬਨ 700 ਕਿਸਾਨ ਜਿਹੜੇ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ, ਜਿਨ੍ਹਾਂ ਦੀ ਡੈਥ ਜਿਹੜੀ ਹੈ ਕਿਸਾਨ ਅੰਦੋਲਨ ਦੇ ਦੌਰਾਨ ਹੋ ਗਈ ਸੀ। ਬਜ਼ੁਰਗ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ ਬਾਬਾ ਜੀ? ਗੁਰਦਿਆਲ ਸਿੰਘ ਹੈ ਜੀ। ਗੁਰਦਿਆਲ ਜੀ, ਕਿੱਥੇ ਦੇ ਰਹਿਣ ਵਾਲੇ ਹੋ? ਅੱਛਲ ਪਿੰਡ ਦੇ ਰਹਿਣ ਵਾਲਾ। ਕਿਹੜਾ ਜ਼ਿਲ੍ਹਾ ਹੈ? ਪਟਿਆਲਾ ਜ਼ਿਲ੍ਹਾ ਜੀ। ਪਟਿਆਲਾ। ਤੁਹਾਡੇ ਪਰਿਵਾਰ ਚ ਵੀ ਕਿਸੇ ਨੇ ਸ਼ਹਾਦਤ ਪਾਈ ਸੀ ਇਸ ਅੰਦੋਲਨ ਚ? ਮੇਰੇ ਘਰ ਵਾਲੀ ਸੀ ਜਗਰੂਪ ਕੌਰ। ਅੱਛਾ। ਹਾਂ, ਉੱਥੇ ਜਾ ਕੇ ਕੋਰੋਨਾ ਹੋਣ ਕਰਕੇ ਨਾ ਉੱਥੇ ਡੈਥ ਹੋ ਗਈ ਜੀ। ਅੱਛਾ। ਕਿਹੜੇ ਬਾਰਡਰ ਤੇ ਸੀ? ਇਹ ਆਪਣੇ ਕੁੰਡਲੀ ਬਾਰਡਰ ਤੇ ਸੀ। ਕਦੋਂ ਹੋਈ ਸੀਗੀ ਉਹਨਾਂ ਦੀ? ਮਾਰਚ 23 ਨੂੰ ਹੋਈ ਸੀ, 23-4 ਚ ਹੋਈ ਸੀ। ਹੁਣ ਥੋੜਾ ਜਿਹਾ ਸਾਨੂੰ ਆਪਣਾ ਪਰਿਵਾਰ ਦਾ ਤੁਸੀਂ ਦੱਸੋਗੇ, ਕਿੰਨੀ ਕੁ ਜ਼ਮੀਨ ਹੈ ਤੁਹਾਡੇ ਕੋਲ, ਤੇ ਆਰਥਿਕ ਸਥਿਤੀ ਕਿੱਦਾਂ ਦੀ ਹੈ ਤੁਹਾਡੇ ਪਰਿਵਾਰ ਦੀ, ਕਰਜ਼ਾ ਵਗੈਰਾ ਹੈ ਕੁਛ? ਮੇਰੇ ਸਰ ਮਤਲਬ 30-32 ਲੱਖ ਕਰਜ਼ੇ ਦਾ ਹੈ, 3 ਬੇਟੇ ਨੇ ਮੇਰੇ, 12-12 ਵਿਘੇ ਜ਼ਮੀਨ ਆਉਂਦੀ ਹੈ ਮੇਰੇ ਕੋਲ, 7.5 ਕਿੱਲੇ ਜ਼ਮੀਨ ਦੇ ਨੇ।
ਹੁਣ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਰਕਾਰ ਵੱਲੋਂ ਰੱਖਿਆ ਗਿਆ ਤੇਲੰਗਾਨਾ ਦੀ ਸਰਕਾਰ ਵੱਲੋਂ ਇਹ ਮਦਦ ਤੁਹਾਡੇ ਪਰਿਵਾਰ ਵਾਸਤੇ ਕਿੰਨੀ ਕੁ ਵੱਡੀ ਹੋਏਗੀ 3 ਲੱਖ ਰੁਪਈਆ ਜਿਹੜਾ ਦੇ ਰਹੇ ਨੇ ਅਸੀਂ ਹਰ ਮਦਦ ਤਾਂ ਠੀਕ ਹੈ ਜਿਹੜੀ ਦਿੱਤੀ ਹੈ ਪਰ ਅਸੀਂ ਤੇਲੰਗਾਨਾ ਸਰਕਾਰ ਦਾ ਆਪਾਂ ਧੰਨਵਾਦ ਕਰਦੇ ਹਾਂ ਜਿਹਨੇ ਸਾਡੀ ਇਸ ਹਾਲਤ ਦੇ ਵਿੱਚ ਸਾਨੂੰ ਤਾਂ ਨਵਾਜਿਆ ਸਾਨੂੰ ਕੁਛ ਨਾ ਕੁਛ ਸਹਾਇਤਾ ਦਿੱਤੀ ਹੈ ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਇੱਕ ਸਰਕਾਰ ਵੱਲੋਂ ਨੌਕਰੀਆਂ ਦਾ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਮਿਲੀ ਕਿਸੇ ਨੂੰ ਨੌਕਰੀ ਅਜੇ ਨੌਕਰੀ ਪੈਂਡਿੰਗ ਹੈ 5 ਲੱਖ ਰੁਪਈਆ ਸਾਨੂੰ ਭਗਵਾਨ ਆਪਣੇ ਪੰਜਾਬ ਸਰਕਾਰ ਨੇ ਦਿੱਤਾ ਸੀ ਅਜੇ ਨੌਕਰੀ ਦਾ 150 ਬੰਦੇ ਦਾ ਜਿਹੜਾ ਪ੍ਰੋਸੀਡ ਹੈ ਉਹ ਚੱਲ ਰਿਹਾ ਹੈ ਨੌਕਰੀ ਵਾਸਤੇ ਤੁਹਾਡੇ ਪਰਿਵਾਰ ਚ ਕਿਸੇ ਦੀ ਫਾਈਲ ਗਈ ਹੈ ਫਾਈਲ ਲਿਖਾਈ ਹੈ ਜੀ ਛੋਟੇ ਮੁੰਡੇ ਦੀ ਸੁਖਵਿੰਦਰ ਸਿੰਘ ਦੀ ਕਿੰਨਾ ਪੜ੍ਹਿਆ ਨੇ ਮੁੰਡਾ ਉਹ +2 ਆ ਜੀ ਫਾਈਲ ਗਈ ਹੋਈ ਹੈ ਤੁਹਾਡੀ ਕਿਸਾਨ ਅੰਦੋਲਨ ਦੇ ਵਿੱਚ ਲਗਭਗ 700 ਕਿਸਾਨ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਜਿਹੜਾ ਹੈ ਸਰਕਾਰ ਤੇਲੰਗਾਨਾ ਸਰਕਾਰ ਨੇ ਕੀਤਾ ਹੈ ਤੇ ਇੱਥੇ ਕੰਪਨਸੇਸ਼ਨ ਦੇਣਗੇ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜਸਵੰਤ ਸਿੰਘ ਹੈ ਜੀ ਤੁਹਾਡੇ ਕਿਸ ਦੀ ਸ਼ਹਾਦਤ ਹੋਈ ਸੀਗੀ ਪਰਿਵਾਰ ਸਾਡੇ ਘਰੋਂ ਚੜਾਈ ਕਰ ਗਏ ਸੀ ਅੱਛਾ ਕੀ ਨਾਮ ਸੀਗਾ ਉਹਨਾਂ ਦਾ ਗੁਰਮੀਤ ਕੌਰ ਇਹ ਕਦੋਂ ਹੋਈ ਸੀਗੀ ਮੌਤ ਉਹਨਾਂ ਦੀ ਸਾਲ ਹੋ ਗਿਆ ਉਹਨੂੰ ਹਾੜੀ ਜਦ ਮਤਲਬ ਮਹੀਨਾ ਕਿਹੜਾ ਹੁੰਦਾ ਹਾੜੀ ਦਾ ਦਿਨ ਹਾੜੀ ਜਦ ਮਾਰਚ ਕਿਹੜੇ ਬਾਰਡਰ ਤੇ ਸਿੰਘੂ ਬਾਰਡਰ ਤੇ ਕਿ ਟਿਕਰੀ ਮੈਨੂੰ ਕੋਈ ਪਤਾ ਨਹੀਂ ਬਾਰਡਰ ਤਾਂ ਉਹਨਾਂ ਨੂੰ ਹਾਂ ਸਿੰਘੂ ਬਾਰਡਰ ਤੇ ਸੀ ਤੇ ਕੀ ਹੋਇਆ ਕੀ ਸੀ ਉਹਨਾਂ ਨੂੰ ਉਲਟੀ ਲੱਗ ਗਈ ਉੱਥੇ ਤੰਬੂ ਗਰਮੀ ਬਹੁਤ ਸੀ ਬਸ ਉੱਥੇ ਹਾਂ ਉਹਨਾਂ ਜਿਹੜੇ ਡਾਕਟਰ ਨੇ ਇਲਾਜ ਕਰਿਆ ਉਹ ਨਹੀਂ ਉਹਨਾਂ ਦੇ ਆਇਆ ਬਸ ਸਾਡੇ ਕੋਲ ਖਬਰ ਆਈ ਤਾਂ ਜਾ ਕੇ ਲੈ ਆਏ ਬਸ ਖਤਮ ਸਾਨੂੰ ਥੋੜਾ ਜਿਹਾ ਪਰਿਵਾਰ ਬਾਰੇ ਦੱਸੋ ਜਸਵੰਤ ਜੀ ਕੀ ਜਿਹੜਾ ਮੇਰੇ 2 ਬੱਚੇ ਨੇ ਤੇ ਜਿਹੜਾ ਮੇਰਾ ਛੋਟਾ ਬੱਚਾ ਉਹ ਸਾਡੇ ਉਹਦੇ ਨਾਲ ਸੀ ਅਸੀਂ ਮਾਈ ਵੀ ਮੈਂ ਵੀ ਜਿਹੜੀ ਚੜਾਈ ਕਰ ਗਈ ਸਮਝੀਏ ਨਹੀਂ ਉਹ 12 ਕਰੀ ਵੀ ਉਹਨੂੰ ਅਜੇ ਕੋਈ ਨੌਕਰੀ ਨਹੀਂ ਮਿਲੀ ਫਿਰ ਸਾਨੂੰ 2 ਮਤਲਬ ਮਿਲੀਆਂ ਪਹਿਲਾਂ ਤਾਂ ਇਹਨਾਂ ਨੇ ਆਪਣੀ ਸਰਕਾਰ ਨੇ ਦਿੱਤੀ ਇਹਨਾਂ ਨੇ ਤੇਰੇ ਜਿਹੜੇ ਕੀ ਕਹਿੰਦੇ ਨੇ ਕਾਲਜ ਕੀ ਨਾ ਫਤਿਹਗੜ੍ਹ ਕੀ ਹੈ ਆ ਜਿਹੜੀ ਮਤਲਬ ਕਿੱਥੇ ਦੇ ਰਹਿਣ ਵਾਲੇ ਕਿਸ਼ਨਗੜ੍ਹ 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 ਕਿਹੜੇ ਜ਼ਿਲ੍ਹੇ ਇਹ ਪਟਿਆਲੇ ਜ਼ਿਲ੍ਹੇ ਚ ਨਾਭਾ ਤਹਿਸੀਲ ਜ਼ਿਲ੍ਹਾ ਪਟਿਆਲਾ ਹਾਂ ਤੇ ਹੁਣ ਪਰਿਵਾਰ ਚ ਨੌਕਰੀ ਵਾਸਤੇ ਕਿਸੇ ਨੂੰ ਫਾਈਲ ਗਈ ਹੈ ਕੋਈ 3 ਵਾਰੀ ਕਾਗਜ਼ ਦੇ ਚੁੱਕੇ ਹਾਂ ਬਸ ਦੇਖੋ ਤੁਹਾਡੇ ਛੋਟੇ ਬੇਟੇ ਦੀ ਹਾਂਜੀ ਹਾਂ ਛੋਟੇ ਬੇਟੇ ਦੀ ਬੇਟੀ ਹੈ ਹਾਂ ਹਾਂਜੀ ਅੱਜ ਸਰਕਾਰ ਦੇ ਰਹੀ ਤੇਲੰਗਾਨਾ ਦੀ ਸਰਕਾਰ 3 ਲੱਖ ਰੁਪਈਆ ਜਿਹੜਾ ਮੁਆਵਜ਼ਾ ਦੇ ਰਹੀ ਹੈ ਉਹ ਕਿੰਨੀ ਵੱਡੀ ਮਦਦ ਹੋਏਗੀ ਪਰਿਵਾਰ ਵਾਸਤੇ ਉਹ ਤਾਂ ਠੀਕ ਹੈ ਜੀ ਬਹੁਤ ਵਧੀਆ ਹੈ ਭੁੱਖੇ ਨੂੰ ਦਿੱਤਾ ਜਾਵੇ ਚੰਗੀ ਠੀਕ ਬਹੁਤ ਵਧੀਆ ਪਰਿਵਾਰ ਕੋਲ ਕਿੰਨੀ ਤੁਹਾਡਾ ਕੋਈ ਕਰਜ਼ਾ ਵਗੈਰਾ ਹੈ ਕੋਈ ਪਰਿਵਾਰ ਤੇ ਕਿੰਨਾ ਹੈ ਕਰਜ਼ਾ ਹੈਗਾ ਸਾਡੇ ਜੇ 20 ਦੇ ਗੇੜ ਹੋ 15-20 ਲੱਖ 15-20 ਲੱਖ ਰੁਪਈਆ ਤੇ ਬਹੁਤ ਜ਼ਿਆਦਾ ਕਰਜ਼ਾ ਹੈ ਕਿੱਦਾਂ ਉਤਾਰੋਗੇ ਤੁਸੀਂ 18 ਕਮੀਆਂ ਸਾਡੀ ਜਿਣਸ ਹੀ ਨਹੀਂ ਵਿਕ ਰਹੀ ਉਹ ਤਾਂ ਰੁਲ ਰਹੀ ਹੈ ਹਰ ਸਾਲ ਜ਼ਮੀਨ ਅਸੀਂ ਹਾਲੇ ਤੇ ਲੈਂਦੇ ਹਾਂ 1300 ਰੁਪਈਆ ਜੀ ਹਾਲਾ ਹੁਣ ਸਰਦਾਰ ਜੀ ਉਹ ਜਦ ਫਸਲ ਤੇ ਆਉਂਦੇ ਹਾਂ ਉਹ ਫਿਰ ਟੁੱਟ ਹੋ ਜਾਂਦੀ ਹੈ ਹੋਰ ਕੋਈ ਕੰਮ ਨਹੀਂ ਹੈ ਹਾਂਜੀ ਪਰਿਵਾਰ ਚ ਕੋਈ ਨੌਕਰੀ ਕਰਦਾ ਹੈ ਸਰਕਾਰੀ ਨੌਕਰੀ ਕੋਈ ਨੌਕਰੀ ਨਹੀਂ ਕਰਦਾ ਤੁਹਾਡੇ 2 ਬੇਟੇ ਨੇ ਦੱਸਿਆ ਦੋਵਾਂ ਵਿੱਚੋਂ ਕੋਈ ਸਰਕਾਰੀ ਨੌਕਰੀ ਨਹੀਂ ਕਰਦਾ ਬਿਲਕੁਲ ਨਹੀਂ ਕੀ ਕਰਦੇ ਬੱਚੇ ਕੀ ਮੁੰਡੇ ਕੀ ਕਰਦੇ ਤੁਹਾਡੇ ਮੁੰਡੇ ਖੇਤੀ ਕਰਦੇ ਨੇ ਹਾਂ ਬਾਕੀ ਜਿਹੜੀ ਇਹ ਬੱਚੀ ਹੈ ਇਹ 12 ਪੜ੍ਹੀ ਵੀ ਹੈ ਜਿਹਦਾ ਅਸੀਂ ਅਪਲਾਈ ਦੇ ਚੁੱਕੇ ਹਾਂ 3 ਵਾਰੀ ਕਾਗਜ਼ ਦੇਤੇ ਨੇ ਸਾਰੇ ਅਜੇ ਕੋਈ ਸਾਡੇ ਗੁਰਮੀਤ ਕੌਰ ਦੀ ਪੋਤੀ ਹੈ ਫਿਲਹਾਲ ਕਿਸਾਨ ਜਿਹੜੇ ਨੇ ਪੂਰੇ ਪੰਜਾਬ ਤੋਂ ਇੱਥੇ ਪਹੁੰਚਣਾ ਸ਼ੁਰੂ ਹੋਏ ਨੇ ਟੈਗੋਰ ਥੀਏਟਰ ਜਿਹੜਾ ਹੈ ਇੱਥੇ ਪਹੁੰਚ ਰਹੇ ਨੇ ਕਿਸਾਨ ਤੇ ਕਿਸਾਨਾਂ ਨੂੰ ਜਿਹੜਾ ਕੰਪਨਸੇਸ਼ਨ ਜਿਹੜਾ ਹੈ ਉਹ ਦਿੱਤਾ ਜਾਵੇਗਾ ਜਿਹੜਾ ਤੇਲੰਗਾਨਾ ਸਰਕਾਰ ਵੱਲੋਂ ਜਿਹੜਾ 3 ਲੱਖ ਰੁਪਈਏ ਦਾ ਮੁਆਵਜ਼ਾ ਜਿਹੜਾ ਹੈ ਪਰ ਫੈਮਿਲੀ ਜਿਹੜਾ ਹੈ ਉਹ ਦਿੱਤਾ ਜਾਵੇਗਾ ਕਿਸਾਨਾਂ ਨਾਲ ਅਸੀਂ ਗੱਲ ਕਰ ਰਹੇ ਨੇ ਕਿ ਜਿਹੜਾ ਕੰਪਨਸੇਸ਼ਨ ਦਿੱਤਾ ਜਾ ਰਿਹਾ ਤੇ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਮਾਲੀ ਹਾਲਤ ਉਹ ਵੀ ਜਾਣਨ ਦੀ ਅਸੀਂ ਕੋਸ਼ਿਸ਼ ਜਿਹੜਾ ਹੈ ਉਹਨਾਂ ਤੋਂ ਸਮਝ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ ਨਵਤੇਜ ਸਿੰਘ ਗੁਰਤੇਜ ਨਵਤੇਜ ਕਿੱਥੇ ਦੇ ਰਹਿਣ ਵਾਲੇ ਉਹਨਾਂ ਤੇ ਬਾਂਡੀ ਪਿੰਡੇ ਬਠਿੰਡਾ ਜ਼ਿਲ੍ਹੇ ਦਾ ਤੇ ਤੁਹਾਡੇ ਪਰਿਵਾਰ ਚ ਕਿਸੇ ਨੇ ਸ਼ਹਾਦਤ ਪਾਈ ਸੀ ਇਸ ਅੰਦੋਲਨ ਚ ਮੇਰੇ ਪਾਪਾ ਦੀ ਸ਼ਹਾਦਤ ਹੋਈ ਸੀ ਕੀ ਨਾਮ ਸੀਗਾ ਉਹਨਾਂ ਕੌਰ ਸਿੰਘ ਸੀ ਜੀ ਕਿੰਨੀ ਉਮਰ ਸੀ ਉਮਰ ਉਹਨਾਂ ਦੀ 63 ਸਾਲ ਸੀ ਕਿੱਥੇ ਹੋਈ ਸੀ ਮੌਤ ਉਹਨਾਂ ਦੀ ਟਿਕਰੀ ਬਾਰਡਰ ਤੇ ਸੀ ਦਿੱਲੀ ਕਿਸਾਨੀ ਕਿੱਦਾਂ ਹੋਈ ਉਹਨੂੰ ਅਟੈਕ ਹੋ ਗਿਆ ਸੀ ਸਵੇਰੇ 4:30 ਵਜੇ ਤੇ ਆ ਪਿਆ ਕਿਹੜੀ ਤਰੀਕ ਨੂੰ ਉਹ ਸੀਗੀ 22 ਅਗਸਤ ਹਾਂਜੀ
ਹੁਣ ਥੋੜਾ ਜਿਹਾ ਸਾਨੂੰ ਨਾ ਨਵਤੇਜ ਜੀ ਪਰਿਵਾਰ ਬਾਰੇ ਦੱਸੋ, ਤੁਹਾਡੇ ਪਰਿਵਾਰ 'ਚ ਕੋਲੇ ਕਿੰਨੀ ਜ਼ਮੀਨ ਹੈ ਤੇ ਮਾਲੀ ਹਾਲਤ ਕੀ ਹੈ ਪਰਿਵਾਰ ਦੀ? ਜ਼ਮੀਨ ਤਾਂ ਸਾਡੇ ਕੋਲ ਹੈਗੀ ਜੀ 9 ਏਕੜ, ਪਰ ਰੇਤਲੀ ਪੈਂਦੀਆਂ ਸਾਡੀਆਂ ਪੈਲੀਆਂ, ਉੱਧਰ ਥੋੜਾ ਜਿਹਾ ਨਰਮ ਹੈ, ਹਾਲਤ ਤਾਂ ਮੰਦੀ ਹੈ ਸਰ। ਪਾਪਾ ਦੇ ਸਿਰ 'ਤੇ ਸੀਗਾ ਕੰਮ ਸਾਰਾ, ਫਿਰ ਉਦੋਂ ਬਾਅਦ ਜਦੋਂ ਉਹ ਚਲੇ ਗਏ, ਪਹਿਲਾਂ ਹੀ ਪੈਸਾ ਭੈਣਾਂ ਦੇ ਵਿਆਹ ਕਰੇ ਸੀਗੇ, ਪੈਸਾ ਜ਼ਿਆਦਾ ਦੇਣਾ ਸੀਗਾ, ਸੇਠਾਂ ਦਾ ਵੀ ਦੇਣਾ ਸੀਗਾ, ਸਰਕਾਰ ਦਾ ਵੀ ਲਾਉਣ ਖੜਾ ਜ਼ਮੀਨ 'ਤੇ, ਅਤੇ ਬਸ ਟਾਈਮ ਪਾਸ ਹੋਈ ਜਾਂਦਾ। ਕਿੰਨਾ ਲੋਨ ਹੈ ਹੁਣ ਪਰਿਵਾਰ 'ਤੇ? ਲੋਨ ਹੋਊਗਾ ਜੀ 10 ਲੱਖ। ਤੁਹਾਨੂੰ ਕੋਈ ਨੌਕਰੀ ਵਗੈਰਾ ਪਰਿਵਾਰ ਦੇ ਮੈਂਬਰ ਨੂੰ ਤੁਹਾਡੇ ਪਾਪਾ ਜੀ ਦੇ ਜਾਣ ਤੋਂ ਬਾਅਦ ਸਰਕਾਰ ਵੱਲੋਂ ਕੋਈ ਆਫਰ ਕੀਤੀ ਗਈ ਹੈ, ਦਿੱਤੀ ਗਈ ਹੈ? ਹਾਂਜੀ, ਸਰਕਾਰ ਵੱਲੋਂ ਸਾਨੂੰ ਨੌਕਰੀ ਦੀ ਸਹੂਲਤ ਮਿਲ ਗਈ ਸੀ, ਬੇਲਦਾਰ ਭਰਤੀ ਹੋਏ ਸੀਗੇ ਖੇਤੀਬਾੜੀ ਮਹਿਕਮੇ 'ਚ, ਕੌਣ ਭਰਤੀ? ਮੈਨੂੰ ਮਿਲੀ ਸੀ। ਹਾਂਜੀ, ਉਹ ਜਾ ਰਹੇ ਹੁਣ। ਥੋੜਾ ਤੁਸੀਂ ਸੈਟਿਸਫਾਈਡ ਫੀਲ ਕਰ ਰਹੇ ਹੋ ਕਿ ਸਰਕਾਰ ਵੱਲੋਂ ਨੌਕਰੀ ਦਿੱਤੀ ਗਈ ਹੈ, ਥੋੜਾ ਮਾਲੀ ਹਾਲਤ ਜਿਹੜੀ ਹੈ ਉਹ ਜ਼ਰੂਰ ਸੁਧਰ ਰਹੀ ਹੋਏਗੀ? ਹਾਂਜੀ, ਕੁਛ ਤਾਂ ਫਰਕ ਹੁੰਦਾ ਹੀ ਹੈ ਜੀ, ਜਦੋਂ ਹੁਣ ਆਪਾਂ ਨੂੰ ਚਲੋ ਥੋੜ੍ਹੀ ਬਹੁਤੀ ਸਹੂਲਤ ਮਿਲ ਗਈ, ਉਹਦੇ ਨਾਲ ਘਰ ਦਾ ਖਰਚਾ ਸਹੀ ਚੱਲਣ ਲੱਗ ਪਿਆ। ਪਰਿਵਾਰ ਵਿੱਚ ਕੌਣ ਕੌਣ ਨੇ ਤੁਹਾਡੇ? ਪਰਿਵਾਰ 'ਚ ਬਸ ਮੇਰੇ ਘਰ ਦੇ ਹੀ ਰਹਿ ਗਏ ਜੀ 2 ਬੱਚੇ ਮੇਰੇ, ਗੁੱਡੀਆਂ ਤਾਂ ਵਿਆਹੀਆਂ ਹੋਈਆਂ ਸੀਗੀਆਂ, ਮਾਤਾ ਵੀ ਮੇਰੀ ਡੈਥ ਹੋ ਗਈ। ਕਿਸਾਨ ਨੇ, ਕਿਸਾਨ ਇੱਥੇ ਪਹੁੰਚ ਰਹੇ ਨੇ ਪੂਰੇ ਪੰਜਾਬ ਤੋਂ, ਜਿਹੜਾ ਹੈ ਤੇਲੰਗਾਨਾ ਸਰਕਾਰ ਵੱਲੋਂ ਕੰਪਨਸੇਸ਼ਨ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕਿਸਾਨਾਂ ਨੂੰ, ਜਿਹੜਾ 3 ਲੱਖ ਰੁਪਈਆ ਪਰ ਫੈਮਿਲੀ ਜਿਹੜਾ ਹੈ ਉਹ ਦਿੱਤਾ ਜਾ ਰਿਹਾ। ਕਿਸਾਨ ਲੀਡਰ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ, ਕੀ ਨਾਂ ਤੁਹਾਡਾ ਜੀ? ਜਗਸੀਰ ਸਿੰਘ ਜਵਾਰਕੇ। ਜਿਹੜਾ ਪਿੰਡ ਹੈ ਤੁਹਾਡਾ? ਜਵਾਰਕੇ, ਜ਼ਿਲ੍ਹਾ ਮਾਨਸਾ। ਜਗਸੀਰ ਜੀ, ਅੱਜ ਤੁਹਾਡੇ ਪਿੰਡ ਤੋਂ ਕਿਸਾਨ ਆਏ ਨੇ ਇਸ ਜਿਹੜਾ ਕੰਪਨਸੇਸ਼ਨ ਪ੍ਰੋਗਰਾਮ? ਨਹੀਂ, ਸਾਡੇ ਪਿੰਡ ਤੋਂ ਤਾਂ ਨਹੀਂ ਆਏ ਜੀ, ਅਸੀਂ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਾਨਸਾ ਜ਼ਿਲ੍ਹੇ ਦੇ ਆਗੂ ਹਾਂ। ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਜਥੇਬੰਦੀ ਵੱਲੋਂ ਡਿਊਟੀ ਲੱਗੀ ਹੈ, ਨਾਲ ਲੈ ਕੇ ਆਏ ਹਾਂ। ਜਦੋਂ ਇੱਥੇ ਇਹਨਾਂ ਨੂੰ ਜੋ ਵੀ ਸਨਮਾਨ ਦੇਣਗੇ ਅਤੇ ਇਹਨਾਂ ਨੂੰ ਸਨਮਾਨ ਦਵਾ ਕੇ ਮਤਲਬ ਵਾਪਸ ਲੈ ਕੇ ਜਾਵਾਂਗੇ। ਜੋ ਵੀ ਸਾਡੇ ਕਿਸਾਨ ਪਰਿਵਾਰ ਨੇ, ਜਿਨ੍ਹਾਂ ਦੇ ਮਤਲਬ ਫਾਦਰ ਨੇ ਜਾਂ ਪਿਤਾ ਨੇ ਜਾਂ ਭੈਣ ਭਰਾ ਦਿੱਲੀ ਦੇ ਬਾਰਡਰਾਂ 'ਤੇ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰ ਜਿਹੜੇ ਆਏ ਨੇ ਉਹਨਾਂ ਦੇ ਨਾਲ ਆਏ ਹਾਂ। ਜੇ ਉਹਨਾਂ ਨੂੰ ਕੋਈ ਰਸਤੇ ਦੇ ਵਿੱਚ ਸਮੱਸਿਆ ਆਊਗੀ, ਕਈ ਵਾਰੀ ਕੋਈ ਢਿੱਲ ਮੱਸ ਹੋ ਜਾਂਦੀ ਹੈ ਜਾਂ ਕੋਈ ਹੋਰ ਦਿੱਕਤ ਆ ਜਾਂਦੀ ਹੈ, ਜਥੇਬੰਦੀ ਵੱਲੋਂ ਸਾਡੀ ਡਿਊਟੀ ਲੱਗੀ ਹੈ, ਉਹ ਡਿਊਟੀ ਨਿਭਾਉਣਾ ਹੈ ਇਸ ਤਰ੍ਹਾਂ। ਕਿੰਨੇ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਮੈਂਬਰ ਜਿਹੜੇ ਨੇ ਫੈਮਿਲੀ ਮੈਂਬਰ ਸ਼ਹੀਦ ਹੋ ਗਏ ਸੀ ਮਾਨਸਾ ਜ਼ਿਲ੍ਹੇ ਤੋਂ? ਮਾਨਸਾ ਜ਼ਿਲ੍ਹੇ ਦੇ ਵਿੱਚੋਂ ਜੇ ਪੂਰੇ ਬਲਾਕ ਦੀ ਗੱਲ ਕਰੀਏ ਉਹ ਤਾਂ ਅੱਜ ਸਾਡੇ ਨਾਲ 47 ਪਰਿਵਾਰ ਆਏ ਨੇ, ਅਤੇ ਬਾਕੀ ਬੁਲਾਡੇ ਦੇ ਵਿੱਚੋਂ ਆਏ ਨੇ 100 ਤੋਂ ਪਲੱਸ ਨੇ ਜੇ ਸਾਰੇ ਜੋੜੀਏ, ਵਿੱਚ ਸਰੂਗੜ੍ਹ ਨੂੰ ਲਾ ਕੇ 100 ਤੋਂ ਪਲੱਸ ਕਿਸਾਨ ਅੱਜ 3 ਬੱਸਾਂ ਦੇ ਵਿੱਚ ਆਏ ਨੇ, 1 ਬੱਸ ਮਾਨਸਾ ਤੋਂ ਆਈ ਹੈ, 1 ਬੁਲਾਡੇ ਤੋਂ, 1 ਸਰੂਗੜ੍ਹ ਤੋਂ। 3 ਬੱਸਾਂ ਦੇ ਵਿੱਚ 100 ਤੋਂ ਪਲੱਸ ਕਿਸਾਨ ਨੇ। ਅਸੀਂ ਕਿਸਾਨ ਯੂਨੀਅਨ ਦੇ ਨੁਮਾਇੰਦੇ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਵੀ ਸਾਡੇ ਕਿਸਾਨ ਭਰਾ ਜੋ ਦਿੱਲੀ ਦੇ ਬਾਰਡਰਾਂ 'ਤੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਦਾ ਅਸੀਂ ਧਿਆਨ ਰੱਖੀਏ, ਉਹਨਾਂ ਦਾ ਸਾਥ ਦੇਈਏ, ਜਿੰਨਾ ਕੁ ਵੀ ਅਸੀਂ ਉਹਨਾਂ ਦਾ ਸਾਥ ਦੇ ਸਕਦੇ ਹਾਂ ਉਹ ਅਸੀਂ ਸਾਥ ਦੇ ਰਹੇ ਹਾਂ। ਫਿਲਹਾਲ ਪੂਰੇ ਪੰਜਾਬ ਤੋਂ ਕਿਸਾਨ ਜਿਹੜਾ ਨੇ ਇੱਥੇ ਚੰਡੀਗੜ੍ਹ ਟੈਗੋ ਥੀਏਟਰ ਦੇ ਵਿੱਚ ਪਹੁੰਚ ਰਹੇ ਨੇ। ਤੇਲੰਗਾਨਾ ਸਰਕਾਰ ਵੱਲੋਂ ਜਿਹੜਾ ਇਹ ਕੰਪਨਸੇਸ਼ਨ ਦਿੱਤਾ ਜਾ ਰਿਹਾ ਕਿਸਾਨਾਂ ਨੂੰ, ਜਿਹੜੇ ਕਿਸਾਨ ਸ਼ਹੀਦ ਹੋਏ ਸੀ ਕਿਸਾਨ ਅੰਦੋਲਨ ਦੇ ਵਿੱਚ 3 ਖੇਤੀ ਕਾਨੂੰਨਾਂ ਦੇ ਖਿਲਾਫ, 3ਖੇਤੀ ਕਾਨੂੰਨ ਜਿਹੜੇ ਸੀਗੇ ਉਹ ਵਾਪਿਸ ਲੈ ਲਿੱਤੇ ਗਏ ਸੀ, ਪਰ ਹੁਣ ਜਿਹੜੇ ਕਿਸਾਨਾਂ ਦੀ ਉਸ ਅੰਦੋਲਨ ਦੇ ਦੌਰਾਨ ਮੌਤ ਹੋਈ ਸੀ, ਲਗਭਗ 700 ਦੇ ਕਰੀਬ ਕਿਸਾਨ ਜਿਹੜੇ ਨੇ ਉਹ ਆਈਡੈਂਟੀਫਾਈ ਕੀਤੇ ਗਏ ਨੇ ਪੰਜਾਬ, ਹਰਿਆਣਾ, ਯੂਪੀ ਅਤੇ ਦਿੱਲੀ ਤੋਂ, ਅਤੇ ਉਹਨਾਂ ਨੂੰ ਕੰਪਨਸੇਸ਼ਨ ਤੇਲੰਗਾਨਾ ਸਰਕਾਰ ਵੱਲੋਂ ਇੱਥੇ ਚੰਡੀਗੜ੍ਹ ਟੈਗੋਰ ਥੀਏਟਰ ਦੇ ਵਿੱਚ ਦਿੱਤਾ ਜਾ ਰਿਹਾ। ਕਿਸਾਨਾਂ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ, ਫਿਲਹਾਲ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ।